बीती देर रात जलंधर अमृतसर रोड बाईपास स्थित विक्टोरिया रेस्टोरेंट और बैंक्वेट हॉल में पार्टी दौरान हवाई फायर निकालते समय दूल्हे के दोस्त के रिवाल्वर से आपने ही दोस्त दूल्हे जिसकी एंगेजमेंट पार्टी पर आया था उसके पांव पर गोली लगने से जख्मी हो गया। मौके पर पुलिस ने पहुंचकर सारी घटना का जायजा लिया और तफ्तीश जारी कर दी। दूल्हे को बटाला के सिविल अस्पताल में इलाज के लिए ले जाया गया। इलाज के तुरंत बाद में फिर दोबारा रेस्टोरेंट लाया गया और शगुन करके पत्रकारों के कैमरे से मुंह छुपाकर घर भागते नजर आए। बटाला से गुरदीप सिंह के साथ जगजीत सिंह की रिपोर्ट। ਉੱਥੇ ਬੋਧੇ ਦੀ ਖੋਈ ਇੱਕ ਪੈਲਸ ਹੈ ਵਿਕਟੋਰੀਆ ਪੈਲਸ, ਉੱਥੇ ਪਤਾ ਲੱਗਾ ਸੀ ਵੀ ਵਿਆਹ ਦੇ ਵਿੱਚ ਕੋਈ ਫਾਇਰ ਹੋਇਆ ਅਤੇ ਕਿਸੇ ਨੂੰ ਅੱਗੇ ਇੰਜਰਡ ਹੋਇਆ ਸੀ। ਅੱਜ ਮੈਂ ਪਹੁੰਚਿਆ ਤਫਤੀਸ਼ ਕਰ। ਗੋਲੀ ਕਿੱਥੇ ਚੱਲੀ ਹੈ? ਵਿਕਟੋਰੀਆ ਪੈਲਸ ਹੈ ਬੋਧੇ ਦੀ ਖੋਈ। ਲੱਗੀ ਤਾਂ ਨਹੀਂ ਮੈਨੂੰ ਅਜੇ ਰਾਈਟ ਪਤਾ ਵੀ ਕਿੱਥੇ ਲੱਗੀ ਹੈ। ਪਤਾ ਲੱਗਾ ਵੀ ਕੋਈ ਬੰਦਾ ਇੰਜਰਡ ਹੋਇਆ। ਤੁਹਾਡਾ ਇੱਕ ਮੌਕੇ 'ਤੇ ਜਿਹੜਾ ਅਫਸਰ ਆਇਆ ਡਿਊਟੀ ਅਫਸਰ, ਉਹਨਾਂ ਨੇ ਵੀ ਆਣ ਕੇ ਤਫਤੀਸ਼ ਕੀਤੀ? ਉਹਨਾਂ ਨੇ ਅਜੇ ਕਰ ਰਹੇ ਆ, ਅਜੇ ਕੋਈ ਉਹਨਾਂ ਨੇ ਬਿਆਨ ਨਹੀਂ ਲਿਖਾਇਆ, ਨਾ ਸਾਨੂੰ ਕੋਈ ਮਿਲਿਆ ਜੀ। ਅਜੇ ਇੱਥੇ ਬੈਠੇ ਹਾਂ ਜੀ, ਆਣ ਕੇ ਚੈੱਕ ਕਰ ਰਹੇ। ਵੈਸੇ ਕਈ ਵਾਰੀ ਕਿਹਾ ਗਿਆ ਜੀ ਆਪਣੇ ਟੈਲੈਂਟਾਂ ਦੀ ਪਛਾਣ ਨਹੀਂ ਲੈ ਕੇ ਜਾਣੇ, ਲੇਕਿਨ ਉਹ ਤਾਂ ਪੁਲਿਸ ਵੱਲੋਂ ਲਿਖਤੀ ਵੀ ਦਿੱਤਾ ਗਿਆ ਆ, ਇਹਨਾਂ ਨੂੰ ਆਰਡਰ ਵੀ ਦਿੱਤੇ ਗਏ ਆ, ਡੀ ਸੀ ਸਾਹਿਬ ਵੱਲੋਂ ਵੀ ਆਰਡਰ ਹੋਏ ਆ, ਪੰਜਾਬ ਸਰਕਾਰ ਵੱਲੋਂ ਆਰਡਰ ਨਹੀਂ, ਪਰ ਚੈੱਕ ਕਰ ਰਹੇ ਹਾਂ ਜੇ ਕਿਸੇ ਨੇ ਗਲਤੀ ਕੀਤੀ ਹੋਵੇ। ਕੀ ਕਾਰਵਾਈ ਕਰੋਗੇ? ਜੋ ਵੀ ਕਾਨੂੰਨੀ ਕਾਰਵਾਈ ਹੈ ਮੁਕੱਦਮਾ ਦਰਜ ਕੀਤਾ ਜਾਊਗਾ ਇਹਦੇ ਖਿਲਾਫ਼।